ਕਾਲਾ ਬੱਦਲ ਪੈ ਰਿਹਾ। ਉਹ ਇੱਟਾਂ ਹੋਰ ਧਰ ਦੋ 2 ਕਰੋੜੇ। ਆਹੋ ਧਰ ਦੇ ਰੋੜੇ ਜੇ ਧਰ ਦੇ ਕੁੱਡੀ ਕੀ ਬੱਲੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਅਤੇ ਮੌਸਮ ਕਾਫੀ ਖਰਾਬ ਹੋ ਰਿਹਾ ਜੀ, ਅਤੇ ਰਾਤ ਵੀ ਥੋੜ੍ਹੀਆਂ ਜਿਹੀਆਂ ਕਣੀਆਂ ਆਈਆਂ ਸੀ, ਅਤੇ ਹੁਣ ਵੀ ਕਾਫੀ ਮੌਸਮ ਹੈ ਜਿਹੜਾ ਖਰਾਬ ਹੋ ਗਿਆ, ਬੱਦਲਬਾਈ ਵਾਲਾ ਬਣਿਆ ਹੋਇਆ। ਕੰਬਾਈਨਾਂ ਚੱਲ ਰਹੀਆਂ ਨੇ ਸਾਰੇ ਖੇਤਾਂ ਦੇ ਵਿੱਚ, ਵਾਹਿਗੁਰੂ ਸੁੱਖ ਰੱਖੇ। ਬਸ ਹੁਣ ਤਾਂ ਤੂੜੀਆਂ ਤਾਂ ਹਜੇ ਤਕਰੀਬਨ ਸਾਰਿਆਂ ਦੀਆਂ ਪਈਆਂ ਨੇ, ਕਣਕ ਵੱਢਣ ਵਾਲੀ ਵੀ ਕਾਫੀ ਜ਼ਿਆਦਾ ਪਈ ਹੈਗੀ। ਬਸ ਪਰਮਾਤਮਾ ਅੱਗੇ ਇੱਕੋ ਹੀ ਅਰਦਾਸ ਆ ਵੀ ਵਾਹਿਗੁਰੂ ਸੁੱਖ ਰੱਖੇ। ਪਣੀਆਂ ਡਿੱਗਣ ਲੱਗ ਗਿਆ। ਇਹ ਮੇਰੇ ਦਿਓਰ ਵਾਲੀ ਹੈ ਵੀ ਵੱਢੀ ਗਈ, ਸਾਡੇ ਵਾਲੀ ਵੀ ਵੱਢੀ ਗਈ। ਤੂੜੀ ਰਹਿੰਦੀ ਆਪਣੀ, ਤੂੜੀ ਆਪਾਂ ਕਰਵਾਉਂਦੇ ਨਹੀਂ ਹੈਗੇ ਐਤਕੀ, ਕਿਉਂਕਿ ਜੀ ਪਈ ਆ ਤੂੜੀ, ਫਿਰ ਅੰਦਰ ਪਾਉਣ ਨੂੰ ਜਗ੍ਹਾ ਨਹੀਂ ਹੈਗੀ। ਉੱਥੇ ਆਪਾਂ ਕਣਕ ਵਾਲੀ ਢੋਲ ਰੱਖਣੀ ਨੇ, ਜਿਹੜੀ ਆਪਣੀ ਕਣਕ ਜੀਰੀ ਵੱਢਦੇ ਨੰਬਰਦਾਰ ਉਹਨਾਂ ਨੂੰ ਕਹਿ ਤਾ ਵੀ ਤੁਸੀਂ ਕਰਾ ਲਓ ਤੂੜੀ। ਇਹ ਸਰੀ ਆਇਆ ਅੱਜ ਰੱਬ ਗਰਜ ਰਿਹਾ ਹੈਗਾ। ਇਹ ਥੋੜ੍ਹੀਆਂ ਜਿਹੀ ਵੀ ਕਣੀਆਂ ਪੈਗੀਆਂ, ਬਸ ਨਾਲ ਦੀਆਂ ਮਸ਼ੀਨਾਂ ਬੰਦ ਹੋ ਜਾਣਗੀਆਂ। ਰੱਬ ਸੁੱਖ ਸਾਂਗ ਰੱਖੇ। ਰੱਬ ਤਾਂ ਐਂ ਗਰਜਦਾ ਆ ਰਿਹਾ ਜਿਵੇਂ ਸਾਉਣ ਦੇ ਮਹੀਨੇ ਗਰਜਦਾ ਹੁੰਦਾ, ਬੱਦਲ ਬਾਈ ਕਾਲਾ ਬੱਦਲ। ਚਲੋ ਚੱਲੀਏ ਆਪਾਂ ਸਮਾਨ ਸਮੂਨ ਚੱਕ ਕੇ, ਬੁਟੀਕ ਦਾ ਕੰਮ ਕਰੀਏ ਬੰਦਾ। ਬੁਟੀਕ ਦਾ ਕੰਮ ਕਰਦੇ ਆ, ਤੇ ਅਸੀਂ ਬਾਜ਼ਾਰ ਚਲੇ ਗਏ ਸੀ। ਤੇ ਕੱਲ ਕਾਫੀ ਭੈਣ ਭਾਈ ਪੁੱਛਦੇ ਸੀ ਵੀ ਤੁਹਾਡੀ ਵੀਡੀਓ ਨਹੀਂ ਆਈ, ਬਹੁਤ ਜ਼ਿਆਦਾ ਦੁੱਖ ਵਾਲੀ ਤੇ ਬੁਰੀ ਖਬਰ ਹੈ ਜੀ। ਅਮਰਤ ਭੈਣ ਦੇ ਜੇਠ ਜੀ ਦੀ ਡੈਥ ਹੋ ਗਈ ਹੈ, ਸਦਾ ਦੇ ਲਈ ਉਹ ਸੰਸਾਰ ਤੋਂ ਚਲੇ ਗਏ ਨੇ। ਕੱਲ੍ਹ ਸਾਨੂੰ ਵੀ ਫੋਨ ਲੇਟ ਆਇਆ, ਜੱਸੂ ਨੂੰ ਨਿਆਣਾ ਵੀ ਹੈ ਨਾ, ਬੱਚਾ ਪਤਾ ਨਹੀਂ ਲੱਗਿਆ, ਉਹਨੂੰ ਵੀ ਫੋਨ ਕਰਨਾ। ਸਾਨੂੰ ਬਹੁਤ ਲੇਟ ਫੋਨ ਆਇਆ, 5:30 ਵਜੇ ਫੋਨ ਕਰਿਆ ਜੱਸੂ ਨੇ ਵੀ ਮਾਸੀ ਜੀ ਐਵੇਂ ਗੱਲ ਹੋ ਗਈ ਹੈ, ਅਤੇ ਬਿਮਾਰ ਚੱਲ ਰਹੇ ਸੀ, ਕਾਫੀ ਟਾਈਮ ਦੇ ਬਿਮਾਰ ਸੀ, ਕਾਫੀ ਜ਼ਿਆਦਾ ਇਲਾਜ ਕਰਵਾਇਆ ਉਹਨਾਂ ਦਾ, ਬਹੁਤ ਟ੍ਰੀਟਮੈਂਟ ਹੋਇਆ, ਪਰ ਕਿਤੋਂ ਵੀ ਫਰਕ ਨਹੀਂ ਪਿਆ ਹੈਗਾ। ਮੈਨੂੰ ਲੱਗਦਾ ਜੀ ਹੋ ਗਏ ਹੋਣਗੇ 3 ਮਹੀਨੇ ਬਿਮਾਰ ਨੂੰ। ਜਦੋਂ ਇੱਥੇ ਆਪਾਂ ਵਿਆਹ ਗਿਆ ਰਾਜੇ, ਉਸ ਟਾਈਮ ਵੀ ਬਿਮਾਰ ਸੀਗੇ, ਵਿੱਚ ਦੀ ਇੱਕ ਵਾਰੀ ਐਵੇਂ ਹੋ ਗਿਆ ਸੀ ਵੀ ਠੀਕ ਨੇ, ਪਰ ਕਿਤੋਂ ਵੀ ਠੀਕ ਨਹੀਂ ਆਏ, ਬਿਮਾਰ ਹੀ ਚੱਲ ਰਹੇ ਨੇ। ਕੱਲ੍ਹ ਖਬਰ ਸੁਣ ਕੇ ਇੰਨਾ ਜ਼ਿਆਦਾ ਮਨ ਦੁਖੀ ਹੋਇਆ ਹੈ ਨਾ, ਦੋ ਭਰਾ ਦੋਨੋਂ ਸੰਸਾਰ ਤੋਂ ਚਲੇ ਗਏ ਨੇ ਜੀ, ਇੰਨੇ ਸੋਹਣੇ ਮਹਿਲ ਮਾਲੀਆਂ ਬਣਾ ਕੇ। ਪਹਿਲਾਂ ਵਿਚਾਰਿਆਂ ਨੇ ਹੈ ਨਾ ਤੰਗੀ ਦੇ ਘਰ ਦੇ ਵਿੱਚ 2 ਕਮਰਿਆਂ ਦਾ ਘਰ ਸੀ, ਉੱਥੇ ਕੱਟਿਆ, ਆਪਦੀ ਮਿਹਨਤ ਦੇ ਨਾਲ ਘਰ ਬਣਾ ਲਿਆ ਸੀ ਵਧੀਆ। ਦੂਜੇ ਅੰਮ੍ਰਿਤ ਭੈਣ ਕਹਿੰਦੇ ਵੀ ਦੇਖੋ ਬਹੁਤ ਸੋਹਣਾ ਬਣਾਈ ਹੈ ਕੋਠੀ, ਇਹਨਾਂ ਦੀ ਕੋਠੀ ਵੀ ਬਹੁਤ ਜ਼ਿਆਦਾ ਸੋਹਣੀ ਹੈ ਜੀ, ਇਹਨਾਂ ਨੇ ਬਾਅਦ 'ਚ ਬਣਾਈ, ਅੰਮ੍ਰਿਤ ਭੈਣ ਕਹਿੰਦੇ ਪਹਿਲਾਂ ਬਣਾ ਲਈ ਸੀ।
ਰੱਬ ਦੇ ਰੰਗ ਨੇ ਜੀ ਰਹਿਣ ਦਾ ਹੁਕਮ ਨਹੀਂ ਮਿਲਿਆ ਹੈ ਨਾ। ਜੀਜਾ ਜੀ ਨੇ ਵੀ ਦੇਖੋ ਤਾਂ ਹਜੇ ਹੈ ਨਾ ਫੌਜ ਦੇ ਵਿੱਚ ਹੀ ਸੀ, ਰਿਟਾਇਰ ਨਹੀਂ ਹੋਏ ਸੀ। ਉਹਨਾਂ ਨੇ ਨਹੀਂ ਆਪਣੇ ਘਰ 'ਚ ਸ਼ਾਂਤੀ ਨਾਲ ਕਦੇ ਰਹਿ ਕੇ ਦੇਖਿਆ ਵੀ ਚਲੋ ਰਿਟਾਇਰ ਹੋਣਗੇ, ਹੁਣ ਆਪਾਂ ਵੀ ਫੈਮਿਲੀ ਦੇ ਨਾਲ ਰਹਾਂਗੇ। ਪਰਮਾਤਮਾ ਨੇ ਉਹ ਵਾਲਾ ਮੌਕਾ ਖੋਲਿਆ। ਅਤੇ ਅੰਮ੍ਰਿਤ ਭੈਣ ਦੇ ਜੇਠ ਜੀ ਕੰਪਿਊਟਰ ਟੀਚਰ ਸੀ, ਅਤੇ ਇਹ ਵੀ ਪਰਮਾਤਮਾ ਦਾ ਇਹੀ ਭਾਣਾ ਵਰਤਿਆ ਜੀ। ਪਤਾ ਨਹੀਂ ਕੈਸੀ ਬਿਮਾਰੀ, ਠੀਕ ਹੀ ਨਹੀਂ ਆਈ, ਕੋਈ ਡਾਕਟਰਾਂ ਨੂੰ ਹਿਸਾਬ ਕਿਤਾਬ ਨਹੀਂ ਆਇਆ। ਅਤੇ ਇੰਨਾ ਕੱਲ੍ਹ ਦਾ ਮਨ ਦੁਖੀ ਹੋਇਆ ਬਹੁਤ ਜ਼ਿਆਦਾ ਕਿ ਮਾਂ ਬਾਪ ਕਾਰਨ ਇੰਨੀਆਂ ਭੈਣਾਂ ਬਿਲਕਦੀਆਂ ਨੇ, ਰੋਂਦੀਆਂ ਝੱਲੀਆਂ ਨਹੀਂ ਜਾਂਦੀਆਂ। ਕੱਲ੍ਹ ਦਾਹ ਸੰਸਕਾਰ ਸੀ, ਅੱਜ ਫੁੱਲ ਚੁਗੇ ਨੇ। ਪਹਿਲਾਂ ਅਸੀਂ ਉੱਧਰ ਚਲੇ ਗਏ, ਆਉਣ ਸਾਰ ਸਾਨੂੰ ਬਾਜ਼ਾਰ ਦਾ ਕੰਮ ਸੀ। ਕੱਲ੍ਹ ਅਸੀਂ ਸ਼ਾਮ ਨੂੰ ਬਾਜ਼ਾਰ ਦਾ ਕੰਮ ਕਰਨਾ ਸੀ, ਵਰਕਰ ਆਏ ਹੋਏ ਸੀ। ਵੀ ਵਰਕਰਾਂ ਨੂੰ ਕੰਮ ਦੇ ਕੇ ਅਸੀਂ ਬਾਜ਼ਾਰ ਜਾਵਾਂਗੇ, ਲਾਈਨਿੰਗਾਂ ਵਗੈਰਾ ਦੇ ਕੇ ਆਉਣੀਆਂ ਸੀ ਮੈਂ ਟੇਲਰਾਂ ਨੂੰ। ਫਿਰ ਸਾਨੂੰ ਇਹ ਖਬਰ ਆ ਗਈ, ਫਿਰ ਅਸੀਂ ਉੱਧਰ ਚਲੇ ਗਏ, ਉੱਧਰ ਆਉਂਦਿਆਂ ਨੂੰ ਸਾਨੂੰ ਹਨੇਰਾ ਹੋ ਗਿਆ। ਬਸ ਫਿਰ ਉਦੋਂ ਬਾਅਦ ਨਾ ਫਿਰ ਕੰਮ ਕਰਨ ਨੂੰ ਜੀ ਕਰ ਰਿਹਾ। ਅੱਜ ਫਿਰ ਤੜਕੀ ਸਵੇਰੇ ਉੱਧਰ ਫੁੱਲਾਂ ਦੇ ਫੁੱਲ ਚੁਗਾਉਣ ਚਲੇ ਗਏ ਜੀ, ਫੁੱਲਾਂ ਦੇ ਚਲੇ ਗਏ। ਆ ਕੇ ਫਿਰ ਬਾਜ਼ਾਰ ਦਾ ਕੰਮ ਕਰਕੇ ਆਇਆ, ਕਿਉਂਕਿ ਜੀ ਧੰਦੇ ਨੇ ਦੇਖੋ ਜਿਹੜਾ ਹੈ ਨਾ ਇਸ ਜੱਗ 'ਤੇ ਆਇਆ ਉਹਨੇ ਜਾਣਾ ਸਭ ਨੇ, ਆਪਾਂ ਨੇ ਆਪਾਂ ਆਪਣੀ ਵਾਰੀ, ਜਿਹੜਾ ਚਲਾ ਜਾਂਦਾ ਉਹ ਜੱਗ ਛੱਡ ਜਾਂਦਾ। ਮਾਂ ਗੱਲਿਆਂ ਨੂੰ ਸਾਰੇ ਕੰਮ ਕਰਨੇ ਪੈਂਦੇ ਨੇ। ਹੁਣ ਬਸ ਉਹ ਕਰਦੇ ਹਾਂਗੇ, ਬੁਟੀਕ ਦੀ ਵੀਡੀਓ ਵੀਡੀਓ ਬਣਾਉਣੀ ਹੈਗੀ। ਇੰਨਾ ਸਿਰ ਦਰਦ ਕਰੀ ਜਾਂਦਾ, ਕਿਉਂਕਿ ਜਦੋਂ ਆਪਣੇ ਅੱਖਾਂ 'ਚੋਂ ਪਾਣੀ ਡਿੱਗਦਾ ਹੈ ਨਾ, ਫਿਰ ਮੂਡ ਸੈੱਟ ਨਹੀਂ ਹੁੰਦਾ। ਤੁਸੀਂ ਕਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਉਹੀ ਜਿਹੜੀ ਚੀਜ਼ ਆ ਹੈ ਨਾ ਦਿਮਾਗ 'ਤੇ ਚੜ੍ਹੀ ਰਹਿੰਦੀ ਹੈਗੀ, ਬਿਲਕੁਲ ਵੀ ਠੀਕ ਨਹੀਂ ਲੱਗਦਾ ਹੈਗਾ। ਇੰਨਾ ਮਨ ਦੁਖੀ ਹੋਇਆ ਵਿਚਾਰੇ ਨੂੰ ਦੇਖ ਕੇ, ਇੰਨੇ ਸੋਹਣੇ ਗੋਰੇ ਚਿੱਟੇ। ਤੁਸੀਂ ਹੈ ਨਾ ਅੰਮ੍ਰਿਤ ਭੈਣ ਦੇ ਹਸਬੈਂਡ ਦੇਖੇ ਹੋਣਗੇ ਫੋਟੋਆਂ 'ਚ, ਇਹ ਵੀਰ ਜੀ ਵੀ ਇੰਨੇ ਸੋਹਣੇ ਸੀ। ਬਲਜਿੰਦਰ ਨਾਲੋਂ ਵੀ ਇਹਨਾਂ ਦੀ ਹਾਈਟ ਲੰਬੀ ਸੀ। ਬੂਟਾ ਸਿੰਘ ਸੀ ਇਹਨਾਂ ਦਾ ਨਾਮ, ਕੰਪਿਊਟਰ ਟੀਚਰ ਸੀ, ਸ਼ੇਰੋਂ ਦੇ ਵਿੱਚ ਅਸੀਂ ਮਿਲਦਾ, ਹਾਂ ਸ਼ੇਰੋਂ ਪੜ੍ਹਾਉਂਦੇ ਸੀ ਕਾਫੀ ਟਾਈਮ ਤੋਂ। ਲੰਬੇ ਲੰਜੇ ਗੋਰੇ ਚਿੱਟੇ, ਇੰਨੇ ਸੋਹਣੇ ਸਾਰਾ ਪਰਿਵਾਰ ਇਹਨਾਂ ਦਾ ਸੋਹਣਾ ਜੀ, ਗੋਰਾ ਚਿੱਟਾ ਸਾਰਾ ਪਰਿਵਾਰ। ਦੋ ਭਰਾ ਵਿਚਾਰੇ ਦੋਹੋਂ ਚਲੇ ਗਏ, ਭੈਣਾਂ ਰਹਿ ਗਈਆਂ ਰੋਂਦੀਆਂ ਬਿਲਕਦੀਆਂ। ਅੱਜ ਇੰਨਾ ਮਨ ਦੁਖੀ ਹੋਇਆ, ਜਿਹੜੀਆਂ ਰਸਮਾਂ ਕਰਦੇ ਨੇ ਹੈ ਨਾ, ਜਿਵੇਂ ਅੱਜ ਉਹ ਸਿਵਾ ਢਕਾਉਣ ਤੋਂ ਬਾਅਦ ਦੀ ਜਿਹੜੀ ਰਸਮ ਹੁੰਦੀ ਆ, ਜਦੋਂ ਰਮਨ ਭੈਣ ਦੇ ਕੱਪੜੇ ਪਵਾਏ ਹੈ ਨਾ ਅੰਮ੍ਰਿਤ ਭੈਣ ਦੀ ਜਠਾਣੀ ਦੇ, ਇੰਨਾ ਮਨ ਦੁਖੀ ਹੋਇਆ। ਉਹ ਦੋਵੇਂ ਝੱਲੀਆਂ ਲੰਦਰ ਜਾਣ, ਦਰਾਣੀ ਜਠਾਣੀ ਰੋਂਦੀਆਂ ਵੀ ਰੱਬਾ ਕੀ ਭਾਣਾ ਵਰਤਾ ਤਾ ਤਾਂ ਹੈ ਨਾ। ਮਾਂ ਬਾਪ ਜਿਉਂਦੇ ਲਾਸਾਂ ਬਣ ਗਏ ਜੀ, ਬਹੁਤ ਜ਼ਿਆਦਾ ਔਖਾ। ਇੱਕ ਸਭ ਤੋਂ ਵੱਡੀ ਔਖਿਆਈ ਪਤਾ ਕੀ, ਉਹਨਾਂ ਦੇ ਪਰਿਵਾਰ ਦੇ ਵਿੱਚ ਅੰਮ੍ਰਿਤ ਭੈਣ ਕਾ ਅਤੇ ਉਹਨਾਂ ਦੇ ਜੇਠ ਦਾ ਘਰ ਥੋੜ੍ਹਾ ਜਿਹਾ ਫਰਕ ਨਾਲ ਹੈ। ਜਿਵੇਂ ਅਸੀਂ ਇੱਥੋਂ ਸਾਡੇ ਰੋਡ 'ਤੇ ਜਾਣਾ ਹੋਵੇ ਹੈ ਨਾ, ਜਿੱਥੇ ਆਪਾਂ ਬੱਚਿਆਂ ਨੂੰ ਚੜ੍ਹਾਉਣ ਜਾਂਦੇ ਹੁੰਦੇ ਮੇਨ ਰੋਡ 'ਤੇ, ਇੰਨੇ ਕੁ ਫਰਕ ਦੇ ਨਾਲ ਹੈ। ਵਿਚਾਰੇ ਕੀ ਕਰਨਗੇ ਹੁਣ, ਕੌਣ ਤਾਂ ਅੰਮ੍ਰਿਤ ਭੈਣ ਕੋਲ ਬੈਠੂਗਾ, ਕੌਣ ਉੱਧਰ ਰਮਨ ਕੇ ਭੈਣ ਕਿਆ ਬੰਨੀ, ਕੌਣ ਦੂਜਿਆਂ ਬੰਨੀ ਬੈਠੂਗਾ। ਬਹੁਤ ਜ਼ਿਆਦਾ ਔਖਾ ਹੋ ਗਿਆ। ਮੀਂਹ ਆ ਗਿਆ, ਦੇਖੀ ਕੁਛ ਉਹਨਾਂ ਨੂੰ ਕਰ ਲਓ, ਚੱਪਲਾਂ ਉਹਨਾਂ ਨੂੰ ਕਰਕੇ ਦਰਵਾਜ਼ਾ ਬੰਦ ਕਰ ਲਓ। ਬਹੁਤ ਜ਼ਿਆਦਾ ਔਖਾ ਜੀ, ਪਰਮਾਤਮਾ ਇਹੋ ਜਿਹਾ ਭਾਣਾ ਕਿਸੇ ਨਾਲ ਨਾ ਵਰਤਾਵੇ। ਦੇਖੋ ਮਾਂ ਬਾਪ ਬੈਠੇ ਨੇ, ਦੋ ਪੁੱਤ ਸੀ ਸ਼ੇਰਾਂ ਵਰਗੇ, ਦੋਨੋਂ ਅੱਗੋਂ ਤੁਰ ਗਏ। ਤੁਸੀਂ ਐਂ ਦੇਖੋ ਮਾਂ ਬਾਪ ਦਾ ਕੀ ਜੱਗ 'ਤੇ ਜਿਉਣ ਰਹਿ ਗਿਆ। ਬਹੁਤ ਜ਼ਿਆਦਾ ਔਖਾ, ਜਦੋਂ ਭੈਣਾਂ ਰੋਂਦੀਆਂ ਨੇ ਵੀਰ ਵੀਰ ਕਹਿ ਕੇ, ਮਾਂ ਬਾਪ ਵਿਲਕਦੇ ਨੇ, ਝੱਲੇ ਨਹੀਂ ਜਾਂਦੇ ਹੈਗੇ। ਐਂ ਲੱਗਦਾ ਵੀ ਕਾਲਜ ਤੋਂ ਕੋਈ ਰੁੱਖ ਭਰਦਾ। ਵਾਹਿਗੁਰੂ ਨੇ ਇਹੋ ਜਿਹਾ ਭਾਣਾ ਵਰਤਾਇਆ। ਕੱਲ੍ਹ ਦੇ ਭੈਣ ਭਾਈ ਸਾਰੇ ਪੁੱਛਦੇ ਸੀ, ਵਟਸਐਪ ਦੇ ਵੀ ਕਾਫੀ ਮੈਸੇਜ ਆਏ ਪਏ ਨੇ, ਮੈਂ ਵਟਸਐਪ ਵੀ ਮੇਰੇ ਤੋਂ ਰਿਪਲਾਈ ਨਹੀਂ ਹੋਏ ਜੀ। ਆਥਣੇ ਆ ਕੇ ਤੁਹਾਨੂੰ ਦੱਸਿਆ ਵੀ ਉੱਧਰੋਂ ਹਨੇਰਾ ਹੋ ਗਿਆ, ਸਿਰ ਦਰਦ ਕਰਨ ਲੱਗ ਗਿਆ, ਫਿਰ ਮੈਂ ਤਾਂ ਗੋਲੀ ਲੈ ਕੇ ਪੈ ਗਈ ਸੀ। ਮੈਂ ਹੁਣ ਸਾਰਿਆਂ ਭੈਣ ਭਾਈ ਨੂੰ ਪਤਾ ਲੱਗ ਗਿਆ ਵੀ ਹਰਕੀਤ ਭੈਣ ਦੀ ਵੀਡੀਓ ਨਹੀਂ ਆਈ, ਤਰਸੇਮ ਵੀਰ ਦਾ ਕੋਈ ਵੀਡੀਓ ਨਹੀਂ ਆਈ, ਸਾਡੀ ਵੀਡੀਓ ਨਹੀਂ ਆਈ, ਵੀ ਕੋਈ ਗੱਲਬਾਤ ਹੋ ਗਈ ਜਿਹੜਾ ਨਾ, ਤਿੰਨਾਂ ਦੀ ਵੀਡੀਓ ਨਹੀਂ ਆਈ ਹੈ ਨਾ। ਚਲੋ ਇੱਕ ਅੱਧੇ ਨੂੰ ਤਾਂ ਐਂ ਹੁੰਦਾ ਵੀ ਕੰਮ ਹੋ ਗਿਆ ਤਾਂ ਨਹੀਂ ਵੀਡੀਓ ਪਾਈ, ਵੀ ਐਵੇਂ ਕੋਈ ਚੱਕਰ ਹੋ ਗਿਆ। ਐਡੇ ਮਹਿਲਾਂ ਵਰਗੇ ਘਰ ਪਾ ਕੇ, ਬੰਗਲੇ ਪਾ ਕੇ ਰਹਿਣ ਦਾ ਰੱਬ ਹੁਕਮ ਨਾ ਦੇਵੇ, ਬਹੁਤ ਜ਼ਿਆਦਾ ਔਖਾ। ਬਹੁਤ ਸੋਹਣਾ ਘਰ ਪਾਇਆ ਹੋਇਆ। ਇੱਕ ਵਾਰੀ ਮੈਂ ਵੀਡੀਓ ਵੀ ਬਣਾਈ ਸੀ, ਥੋੜ੍ਹੀ ਜਿਹੀ ਬਣਾਈ ਸੀ, ਉਹਨਾਂ ਨੇ ਉਹ ਕਰਵਾਇਆ ਸੀਗਾ ਜਦੋਂ ਉਹਨਾਂ ਦੀ ਕੋਠੀ ਕੰਪਲੀਟ ਹੋ ਗਈ ਸੀ, ਪਾਠ ਕਰਵਾਇਆ ਸੀ ਜੀ, ਆਪਾਂ ਗਏ ਸੀ ਉਦੋਂ ਮੈਂ ਵੀਡੀਓ ਬਣਾਈ ਸੀ।
ਇਹੋ ਜਿਹੇ ਸੋਹਣੇ ਘਰ ਸੁੰਨੇ ਪੈਣੇ ਐਡੇ ਮਹਿਲ ਬੰਦਿਆਂ ਨਾਲ ਹੀ ਰੌਣਕਾਂ ਨੇ ਜੀ। ਤੁਸੀਂ ਕਿੱਡੇ ਕਿੱਡੇ ਘਰ ਕੋਠੀਆਂ ਬੰਗਲੇ ਬਣਾ ਲਓ ਹਨਾ, ਉਹਦੇ ਵਿੱਚ ਰਹਿਣ ਵਾਲੇ ਬੰਦਿਆਂ ਕਰਕੇ ਰੌਣਕਾਂ ਨੇ। ਬਸ ਪਰਮਾਤਮਾ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਕਿਉਂਕਿ ਜਦੋਂ ਆਪਾਂ ਇੱਥੇ ਆਉਂਦੇ ਹਾਂ ਹਨਾ ਇਸ ਜੱਗ 'ਤੇ ਆਉਂਦੇ ਹਾਂ, ਨਾਲ ਆਪਣੇ ਉਹਦੀ ਆਪਣੇ ਸਾਹ ਲਿਖੇ ਜਾਂਦੇ ਨੇ, ਆਪਣੀ ਉਮਰ ਲਿਖੀ ਜਾਂਦੀ ਹੈ ਵੀ ਆਪਾਂ ਇਹ ਜੱਗ 'ਤੇ ਇੰਨਾ ਟਾਈਮ ਰਹਿਣਾ ਜੀ। ਬਸ ਜਿੰਨਾ ਜੀ ਜਿਹੜੇ ਇਨਸਾਨ ਨਾਲ ਸੰਬੰਧ ਹੁੰਦਾ ਉਹ ਬੰਦਾ ਉੰਨੀ ਉਮਰ ਭੋਗਦਾ ਚਲਾ ਜਾਂਦਾ, ਦੁਨੀਆ ਆਉਣ ਜਾਣ ਦਾ ਮੇਲਾ ਰਹਿਣਾ। ਇੱਥੇ ਕਿਸੇ ਨੇ ਸਦਾ ਵੀ ਨਹੀਂ, ਪਰ ਰੱਬਰ ਨੂੰ ਇੱਕ ਲਾਂਭਾ ਜ਼ਰੂਰ ਆ ਵੀ ਪਰਮਾਤਮਾ ਕੱਚੀ ਪੱਕੀ ਜ਼ਰੂਰ ਦੇਖ ਲਿਆ ਕਰੇ ਹਨਾ। ਵਾਹਿਗੁਰੂ ਬਸ ਇੰਨੀ ਕੁ ਉਮਰ ਹਰੇਕ ਦੇ ਕਰਮਾਂ ਦੇ ਵਿੱਚ ਲਿਖਦੇ ਵੀ ਉਹ ਆਪਣੇ ਬੱਚਿਆਂ ਨੂੰ ਕਿਉਂ ਲਈ, ਵੀ ਉਹਨਾਂ ਦੇ ਬੱਚੇ ਆਪਣੇ ਬੱਚਿਆਂ ਦੇ ਆਪਣੇ ਹੱਥੀਂ ਕਾਰਜ ਰਚਾ ਦੇ ਜੀ। ਜਿਹੜੇ ਆਪਣੇ ਬੱਚਿਆਂ ਨੂੰ ਰੁੜਦਾ ਛੱਡ ਕੇ ਜਾਂਦੇ ਨੇ ਉਹ ਬਾਹਲਾ ਜ਼ਿਆਦਾ ਔਖਾ ਹੈਗਾ। ਚਲੋ ਫਿਰ ਵੀ ਐਂ ਹੋ ਜਾਂਦਾ, ਕੋਈ ਗੱਲ ਨਹੀਂ, ਆਪਣੇ ਬੱਚਿਆਂ ਦਾ ਕਰ ਗਿਆ, ਆਪਣੇ ਹੱਥੀਂ ਕਰ ਗਿਆ, ਚਾਹੇ ਲੱਖ ਚਾਚੇ ਤਾਏ ਹਨਾ ਵਧੀਆ ਕਰ ਦੇਣ, ਫਿਰ ਵੀ ਕਿਤੇ ਨਾ ਕਿਤੇ ਬੱਚੇ ਦੇ ਮਨ 'ਚ ਵੀ ਆ ਜਾਂਦਾ ਵੀ ਜੇ ਅੱਜ ਮੇਰਾ ਡੈਡੀ ਹੁੰਦਾ ਤਾਂ ਉਹ ਪਤਾ ਨਹੀਂ ਕਿੰਨਾ ਕੁ ਵਧੀਆ ਕਰਦਾ। ਨਾਲੇ ਜਿਹੜਾ ਕੋਈ ਚਾਚੇ ਤਾਏ ਹੁੰਦੇ ਨੇ ਸਾਰਾ ਅੱਲਾ ਜ਼ੋਰ ਲਾ ਕੇ ਖੜ੍ਹਦਾ, ਉਹਨਾਂ ਨੂੰ ਵੀ ਐਂ ਹੁੰਦਾ ਵੀ ਸਾਡੇ ਭਤੀਜੇ ਭਤੀਜੀਆਂ ਦੇ ਮਨ 'ਚ ਐਵੇਂ ਨਾ ਜਾਵੇ ਵੀ ਜੇ ਸਾਡਾ ਪਿਓ ਹੁੰਦਾ ਵਧੀਆ ਕਰਦਾ। ਫਿਰ ਵੀ ਕਿਤੇ ਨਾ ਕਿਤੇ ਬੱਚੇ ਨੂੰ ਐਵੇਂ ਹੋ ਜਾਂਦਾ ਵੀ ਜੇ ਮੇਰਾ ਬਾਪ ਹੁੰਦਾ ਅੱਜ ਪਤਾ ਨਹੀਂ ਕਿੰਨਾ ਕੁ ਵਧੀਆ ਕਰਦਾ। ਬਸ ਵਾਹਿਗੁਰੂ ਇੰਨੀ ਕੁ ਉਮਰ ਸਭ ਨੂੰ ਲਿਖਦੇ ਵੀ ਆਪਣੇ ਬੱਚਿਆਂ ਨੂੰ ਕਿਉਂ ਜਾਣ, ਬਹੁਤ ਜ਼ਿਆਦਾ ਮਨ ਦੁਖੀ ਹੋਇਆ ਜਾ ਕੇ, ਸਾਰਾ ਟੱਬਰ ਇੰਨਾ ਜ਼ਿਆਦਾ ਰੋਂਦਾ ਵਿਚਾਰਿਆਂ ਦਾ। ਚਲੋ ਜੀ ਆਪਾਂ ਵੀਡੀਓ ਬਣਾ ਦਈਏ, ਠੀਕ ਹੈ, ਅਤੇ ਥੋੜ੍ਹੀ ਦੇਰ 'ਚ ਗੱਲ ਕਰਦੇ ਹਾਂ। ਤੁਹਾਡੇ ਨਾਲ ਮੀਂਹ ਆ ਗਿਆ, ਬਾਹਰੀ ਮੌਸਮ ਖਰਾਬ ਹੋ ਗਿਆ, ਕਣੀਆਂ ਪੈਣ ਲੱਗ ਗਈਆਂ, ਸੰਨੀ ਕਰਨ ਦਾ ਵੀ ਟਾਈਮ ਹੋਇਆ ਪਿਆ, 3 ਵੱਜ ਗਈ ਸਾਨੂੰ, ਉੱਧਰ ਵੀ ਥੋੜ੍ਹਾ ਜਿਹਾ ਲੇਟ ਹੋ ਗਿਆ, ਬਾਜ਼ਾਰ 'ਚ ਸਾਨੂੰ ਕਾਫੀ ਲੇਟ ਹੋ ਗਿਆ ਲੈਣੀ, ਕਹਿੰਦੇ ਕਿਹਾ ਲੈਂਦਿਆਂ ਨੂੰ, ਫਿਰ ਮਾਸਟਰ ਜੀ ਸਰੀਆ ਲੈਣ ਚਲੇ ਗਏ, ਇਹਨਾਂ ਦੇ ਉੱਥੇ ਸਰੀਆ ਤਾਂ ਲਾਉਂਦਿਆਂ ਨੂੰ ਕਬੇੜਾ ਹੋ ਗਿਆ। ਆ ਕੇ ਫਿਰ ਮੈਂ ਥੋੜ੍ਹਾ ਜਿਹਾ ਟਾਈਮ ਰੋਟੀ ਖਾ ਕੇ ਥੋੜ੍ਹਾ ਜਿਹਾ ਮੈਂ ਰੈਸਟ ਕਰੀ, ਮੈਂ ਮੇਰਾ ਸਿਰ ਜਿਹਾ ਦੁੱਖਣੋਂ ਹਟ ਜੂਣਾ, ਹੁਣ ਥੋੜ੍ਹੀ ਜਿਹੀ ਚਾਹ ਪੀਤੀ ਆ, ਪਰ ਹਜੇ ਕੋਈ ਖਾਸ ਫਰਕ ਨਹੀਂ ਪਿਆ ਹੈਗਾ, ਦੇਖ ਰਹੀ ਹਾਂ ਇੱਕ ਕੱਪ ਕੌਫੀ ਦਾ ਬਣਾ ਕੇ ਪੀਨੀ ਆ, ਕਿਉਂਕਿ ਕੰਮ ਬਹੁਤ ਜ਼ਿਆਦਾ ਕਰਨ ਵਾਲੇ ਪੈ ਰਹੇ ਆ, ਮੈਂ ਕੰਮ ਵੀ ਨਹੀਂ ਹੋਣਾ ਹੈਗਾ। ਫੋਨ ਚੱਲ ਚੱਲ ਰਿਹਾ ਤੱਕ ਤਾਂ ਪਾਣੀ ਪੈ ਗਿਆ ਜੀ ਥੋੜ੍ਹਾ ਜਿਹਾ। ਪੱਲੀ ਜਿਹੀ ਉੱਡ ਜਾ ਪੱਲੀ ਟਰਾਲੀ ਵਾਲੀ, ਨਾਲੇ ਉਹਦੇ ਉੱਤੇ ਕੁਛ ਹੈ ਨਹੀਂ ਪਤਾ, ਟੇਂਡੀ ਹੈ ਦੇਖਾ ਕਿਆ। ਕੀ ਖੁੱਲ ਗਿਆ?
ਡਿੱਗਿਆ ਕਿਸੇ ਪਾਸੇ ਹੈ ਨਾ, ਉਹ ਲੋਹੇ ਵਾਲਾ ਤੂੜੀ ਡਿੱਗਿਆ ਹੋਇਆ ਸੀ, ਉਹਨਾਂ ਦੀ ਤੂੜੀ ਉੱਡਣ ਲੱਗ ਗਈ। ਆਹ ਦੇਖੋ ਉਹਨਾਂ ਦੀ ਤੂੜੀ ਉੱਡ ਗਈ ਅੰਦਰੋਂ। ਹਾਂ ਉਹ ਦੇਖੋ, ਉਹ ਲੋ ਜਦੋਂ ਗਈ ਤਾਂ ਤੂੜੀ ਇਹਨਾਂ ਦੇ ਅੱਜ ਕਿੱਡੇ ਗੜੇ ਦੇਖ ਧਰਤੀ ਦੇ ਗੜੇ ਡਿਗਰੇ ਬੜੇ ਅੱਗੇ ਕਹਿੰਦੇ ਵੀ ਜਿਹੜਾ ਜੇਠ ਦੇ ਪਹਿਲੇ ਮੀਂਹ ਦਾ ਪਾਣੀ ਪੀਜੇ ਉਹਨੂੰ ਫਿਰ ਬੁਖਾਰ ਨਹੀਂ ਹੁੰਦਾ ਹੁੰਦਾ। ਇਹ ਪਹਿਲਾ ਮੀਂਹ ਪਿਆ ਜੇਠ ਦਾ, ਆਹ ਦੇਖੋ ਅਜੇ ਵੀ ਕਿੰਨੇ ਗੜੇ ਪਏ ਨੇ, ਇਹ ਦੇਖੋ ਸਾਰੇ ਬਹੁਤ ਜ਼ਿਆਦਾ ਤੇਜ਼ ਡਿੱਗੇ ਨੇ। ਵਿੱਚ ਵੱਡੇ ਹੁਣ ਦੇਖੋ ਤੁਸੀਂ ਕਿੰਨਾ ਟਾਈਮ ਹੋ ਗਿਆ, ਧੁੱਪ ਵੀ ਨਿਕਲਿਆ, ਬਹੁਤ ਵੱਡੇ ਵੱਡੇ ਵੀ ਆਏ ਨੇ ਵਿੱਚ ਤਾਂ। ਚੱਕਣ ਦਾ ਮੌਕਾ ਨੀ ਮਿਲਿਆ ਵੀ ਊਈ ਬੱਦਲ ਆ, ਬੱਦਲ ਇੱਕੇ ਦਮ ਉਤਰਿਆ ਆ। ਦੇਖੋ ਜੀ ਇੱਧਰ ਨੂੰ ਬਹੁਤ ਜ਼ਿਆਦਾ ਡਿੱਗੇ ਨੇ, ਇੱਕੋ ਗੇੜਾ ਰਹਿੰਦਾ ਸੀ ਉਹਨਾਂ ਨੇ, ਫਿਰ ਅਸੀਂ ਵੱਢ ਲਈ ਮੈਨੂੰ ਲੱਗਦਾ।
ਟਰਾਲੀ ਤਾਂ ਫਿਰ ਵੀ ਗੜੇ ਪੈ ਉਹੀ ਬਾਗੇ ਪੁਰਾਣੇ ਵਾਲਾ ਆਪਣੇ ਆਇਆ ਇੰਨੀ ਤੇਜ਼ ਧੁੱਪ ਨਿਕਲੇ ਮੀਂਹ ਤੋਂ ਬਾਅਦ ਇੰਨੀ ਤੇਜ਼ ਧੁੱਪ ਨਿਕਲੇ ਜੀ ਮੀਂਹ ਤੋਂ ਬਾਅਦ ਬਹੁਤ ਜ਼ਿਆਦਾ ਕੱਪੜਾ ਖਿੱਚਿਆ ਨੀ ਹੈਗਾ ਦੁਬਾਰਾ ਫਿਰ ਮੌਸਮ ਹੁਣ ਠੀਕ ਹੋ ਗਿਆ, ਦੋ ਵਾਰੀ ਮੀਂਹ ਜਿਹਾ ਆ ਗਿਆ ਸੀ ਹਨਾ, ਤੇ ਕਾਫੀ ਜ਼ਿਆਦਾ ਪੈ ਗਿਆ ਦੁਬਾਰਾ ਵੀ, ਸ਼ਾਇਦ ਕੱਲ੍ਹ ਨੂੰ ਮਸ਼ੀਨਾਂ ਨਾ ਚੱਲਣ ਜੇ ਲਾਉਣ ਕਿੱਲਾ ਹੋ ਗਿਆ, ਫਿਰ ਦੋ ਚਾਰ ਘੰਟੇ ਧੁੱਪ ਤੋਂ ਬਾਅਦ ਦੁਪਹਿਰ ਤੋਂ ਬਾਅਦ ਚੱਲ ਪੈਣੀ ਆ। ਤੇ ਤੁਸੀਂ ਜ਼ਰੂਰ ਦੱਸਿਓ ਮੌਸਮ ਦਾ ਹਾਲ ਵੀ, ਤੁਹਾਡੇ ਵੱਲ ਮੌਸਮ ਕਿਵੇਂ ਰਿਹਾ? ਸਾਡੇ ਤਾਂ ਅੱਜ ਸਾਰਾ ਦਿਨ ਮੌਸਮ ਖਰਾਬ ਰਿਹਾ। ਸਵੇਰੇ ਇੰਨੀ ਜ਼ਿਆਦਾ ਧੁੱਪ, ਜਦੋਂ ਅਸੀਂ ਬਾਜ਼ਾਰ ਗਿਆ ਸੀਗੀਆਂ ਬਾਜ਼ਾਰ 11 ਵਜੇ, ਉੱਥੇ ਵੀ ਬਾਜ਼ਾਰ 'ਚ ਇੰਨੀ ਧੁੱਪ, ਘਰ ਆਏ ਫਿਰ ਇੰਨੀ ਧੁੱਪ, ਫਿਰ ਅਚਾਨਕ ਇੱਕਦਮ ਮੌਸਮ ਖਰਾਬ ਹੋ ਗਿਆ। ਮੀਂਹ ਪੈਣ ਤੋਂ ਬਾਅਦ ਗੜੇ ਇੰਨੇ ਪਾ ਪੂ ਕੇ ਫਿਰ ਇੰਨੀ ਤੇਜ਼ ਧੁੱਪ ਨਿਕਲੀ, ਦੁਬਾਰਾ ਫਿਰ ਮੀਂਹ ਆ ਗਿਆ, ਹੁਣ ਫਿਰ ਧੁੱਪ ਬਹੁਤ ਜ਼ਿਆਦਾ ਤੇਜ਼ ਹੈ। ਪਤਾ ਨਹੀਂ ਕਿਵੇਂ ਮੌਸਮ ਹੈ, ਮੀਂਹ ਚੇਂਜ ਹੁੰਦਾ ਇੱਕਦਮ, ਕਦੇ ਬਹੁਤ ਜ਼ਿਆਦਾ ਗਰਮੀ, ਕਦੇ ਮੀਂਹ, ਕਦੇ ਗਰਮੀ, ਇਸ ਤਰ੍ਹਾਂ ਮੌਸਮ। ਉਂਝ ਹੈ ਨਾ ਮੀਂਹ ਪੈ ਜਾਂਦਾ ਸੀ, ਪਰ ਐਵੇਂ ਨਹੀਂ ਕਦੇ ਦੇਖਿਆ ਸੀ ਵੀ ਹਾੜੀਆਂ ਦੇ ਸੀਜ਼ਨ 'ਚ ਇੰਨਾ ਮੀਂਹ ਪੈਂਦਾ। ਪੈ ਜਾਂਦਾ ਮਾੜੀ ਕੁੜੀ ਕਣੀ ਕੰਬਣ ਜਿਹਾ, ਰੱਬ ਕਰ ਦਿੰਦਾ ਜਾਂ ਪਹਿਲਾਂ ਜਾਂ ਬਾਅਦ ਦੇ ਵਿੱਚ, ਐਨ ਜ਼ੋਰ ਦੇ ਵਿੱਚ ਨਹੀਂ ਇੰਨਾ ਮੀਂਹ ਪੈਂਦਾ ਹੁੰਦਾ ਜੀ, ਖਾਸ ਕਰਕੇ ਗੜੇ। ਪਤਾ ਨਹੀਂ ਹੁਣ ਤਾਂ ਕੀ ਹੋਈ ਜਾਂਦਾ, ਦੁਨੀਆ 'ਤੇ ਭਾਰ ਹੀ ਚੜਿਆ ਪਿਆ। ਚਲੋ ਠੀਕ ਆ ਜੀ, ਕਾਫੀ ਜ਼ਿਆਦਾ ਟਾਈਮ ਹੋ ਗਿਆ, ਅਤੇ ਮੈਂ ਵੀ ਕੋਈ ਨਾ ਕੋਈ ਹੋਰ ਕੰਮ ਧੰਦਾ ਕਰ ਲਾ, ਅੱਜ ਵਾਲੀ ਵਲੋਗ ਦਾ ਡੇਟ ਹੀ ਕਰ ਦਿਆਂਗੇ। ਵਾਹਿਗੁਰੂ ਕੀ ਅਰਦਾਸ ਕਰਦੇ ਹਾਂ ਵੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਵਿੱਚ ਰੱਖੇ। ਠੀਕ ਹੈ ਜੀ, ਕੱਲ੍ਹ ਨਵੇਂ ਵਲੋਗ ਨਾਲ ਮਿਲਦੇ ਹਾਂ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ।